देख रहे हो तुसी ते मैं बलदीप सिंह लैके हाजिर हाँ पंजाब विशेष पंजाब दीआं चोणवीआं ते विशेष खबरां शुरुआत करदे हां। पंजाब लोक कांग्रेस पार्टी दी अज पहली रैली राजपुरा विखे देखण नूं मिली जिस विच पंजाब दे साबका मुख्यमंत्री कैप्टन अमरिंदर सिंह पंजाब लोक कांग्रेस दे प्रधान कैप्टन अमरिंदर सिंह विशेष तौर ते पुज्जे। इत्थे कैप्टन अमरिंदर सिंह ने पंजाब सरकार ते जम के निशाने साधे। इस दे नाल ही उन्हां ने राजपुरा तों जगदीश दा नां पार्टी दे उम्मीदवार वजों ऐलानिया है। ਅਸੀਂ ਅੱਜ ਆਏ ਹਾਂ ਔਰ ਇਹ ਰਾਜਪੁਰੇ ਜੱਗਾ ਜੀ ਦੇ ਸੱਦੇ ਤੇ ਇਹ ਮੈਨੂੰ ਆ ਕੇ ਮਿਲੇ ਸੀ ਔਰ ਉਹ ਕਹਿੰਦੇ ਸੀ ਕਿ ਮੈਨੂੰ ਸ਼ਾਮਿਲ ਕਰੋ ਪਾਰਟੀ 'ਚ ਔਰ ਕਰਨਾ ਹੈ। ਕਹਿੰਦੇ ਰਾਜਪੁਰੇ ਦੇ ਵਿੱਚ, ਰਾਜਪੁਰਾ ਸਾਡਾ ਪੁਰਾਣਾ ਸ਼ਹਿਰ ਹੈ, ਮੇਰਾ ਕੰਸਟੀਟਿਊਂਸੀ ਦਾ ਹਿੱਸਾ ਵੀ ਰਿਹਾ, ਪਟਿਆਲੇ ਦਾ ਵੀ ਹਿੱਸਾ ਰਿਹਾ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਉੱਥੇ ਆ ਕੇ ਕਰੂੰਗਾ। ਸਾਡੀ ਖੁਸ਼ੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹੈ ਔਰ ਖੁਸ਼ੀ ਇਸ ਗੱਲ ਦੀ ਕਿ ਪਹਿਲੀ ਮੀਟਿੰਗ ਹੈ ਸਾਡੀ ਸਾਡੇ ਇਹ ਐਲਾਨ ਤੋਂ ਬਾਅਦ ਕਿ ਬੀਜੇਪੀ ਔਰ ਸਾਡੀ ਪਾਰਟੀ ਇਕੱਠੀ ਕੰਮ ਕਰੇਗੀ। ਇਹ ਸਾਡੀ ਪਹਿਲੀ ਮੀਟਿੰਗ ਹੈ ਜਿੱਥੇ ਅਸੀਂ ਇਹ ਕਰ ਰਹੇ ਹਾਂ ਐਂਡ ਮੈਂ ਧੰਨਵਾਦੀ ਹਾਂ ਪ੍ਰਧਾਨ ਜੀ ਦਾ ਜਿਹੜੇ ਅੱਜ ਉਰੇ ਆ ਕੇ ਸਾਡੇ ਵਿੱਚ ਹਿੱਸਾ ਪਾ ਸਕੇ ਨੇ ਔਰ ਆਉਣ ਵਾਲੇ ਦਿਨਾਂ 'ਚ ਸਾਰੇ ਪੰਜਾਬ ਦੇ ਵਿੱਚ ਜਿੱਥੇ ਬੀਜੇਪੀ ਦੇ ਕੈਂਡੀਡੇਟ ਹੋਣਗੇ ਦੱਬ ਕੇ ਅਸੀਂ ਮਦਦ ਕਰਾਂਗੇ ਔਰ ਜਿੱਥੇ ਸਾਡੇ ਹੋਣਗੇ ਬੀਜੇਪੀ ਸਾਡੀ ਪੂਰੀ ਦੱਬ ਕੇ ਮਦਦ ਕਰੂ। ਕੈਂਡੀਡੇਟ ਇਸ ਵੇਲੇ ਨਹੀਂ ਡਿਸਕਸ ਕੀਤੇ, ਅੱਜ ਸ਼ੇਖਾਵਤ ਜੀ ਆ ਰਹੇ ਨੇ, ਸ਼ੇਖਾਵਤ ਜੀ ਬੈਠਣਗੇ ਸਾਡੇ ਨਾਲ ਔਰ ਅਸੀਂ ਉਹਨਾਂ ਨਾਲ ਔਰ ਫਿਰ ਸੀਟ ਟੂ ਸੀਟ ਸਾਡਾ ਇੱਕ ਫੈਸਲਾ ਆਪਣਾ ਹੋਇਆ ਕਿ ਅਸੀਂ ਅਵੇਲੇਬਿਲਿਟੀ ਰੱਖਾਂਗੇ ਕਿ ਜਿਹੜੀ ਸੀਟ 'ਤੇ ਕੋਈ ਵੀ ਜਿੱਤਦਾ ਹੋਏ ਦੂਜੀਆਂ ਪਾਰਟੀਆਂ ਨੇ। ਸਰ ਵੰਡ ਕਿੱਦਾਂ ਕੀਤੀ ਹੈ ਬੀਜੇਪੀ ਨਾਲ ਅਤੇ ਤੁਹਾਡੀ ਪਾਰਟੀ, ਕਿੰਨੇ ਸੀਟਾਂ ਦੀ ਵੰਡ ਹੈ? ਡਿਸਟ੍ਰੀਬਿਊਸ਼ਨ, ਕੋਈ ਡਿਸਟ੍ਰੀਬਿਊਸ਼ਨ ਨਹੀਂ, ਕੋਈ ਨੰਬਰਸ ਗੇਮ ਨਹੀਂ, ਕੁਛ ਨਹੀਂ। ਉਹ ਦਿਨ ਵੀ ਸ਼ੇਖਾਵਤ ਜੀ ਬੋਲਦੇ ਹੋਏ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਦੇਰ ਨੋ ਨੰਬਰਸ ਗੇਮ, ਨਥਿੰਗ, ਕੋਈ ਨੰਬਰ ਨਹੀਂ। ਅੱਜ ਰਾਣਾ ਬੀਜੇਪੀ ਸ਼ਾਮਿਲ ਹੋਣ ਜਾਂ ਸਾਡੇ 'ਚ ਹੋਣ ਇੱਕੋ ਹੀ ਗੱਲ ਹੈ। ਅਸੀਂ ਤਾਂ ਇੱਕੋ ਗੱਲ ਆ ਕਿ ਜੋ ਇਹ ਦੱਸ ਰਹੇ ਸੀ ਕਿ ਇਹਨਾਂ ਨਾਲ ਧੱਕਾ ਹੋਣ ਲੱਗ ਜਾਂਦਾ, ਤੁਸੀਂ ਇਹਨਾਂ ਨੂੰ ਛੱਡੋ, ਮੇਰੇ ਨਾਲ ਧੱਕਾ ਹੋਇਆ। ਮੈਂ ਚੀਫ ਮਿਨਿਸਟਰ ਛੱਡ ਕੇ ਆਇਆ ਸੀ, ਪਟਿਆਲੇ ਦਾ ਇੱਕ ਬੜਾ ਮੇਜਰ ਪ੍ਰੋਜੈਕਟ ਸੀ, ਉਹ ਦਿਨ ਰਾਤ ਨੂੰ 1 ਵਜੇ ਇਹਨਾਂ ਨੇ ਬੰਦ ਕਰਤਾ, ਉਹ ਜਿਹੜੇ ਅਸੀਂ ਡੰਗਰਾਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ, ਉਹ ਦਿਨ ਰਾਤ ਨੂੰ ਬੰਦ ਕਰਤਾ। ਦੇਖੋ ਮੇਰੀ ਗੱਲ, ਪਰਚਾ ਹੋਇਆ, ਗਲਤ ਪਰਚਾ ਹੋਇਆ, ਆਈ ਐਮ ਸੇਇੰਗ ਸੋ ਟੂਡੇ। ਮੈਂ ਇਸ ਕੇਸ ਨੂੰ ਜਾਣ ਰਿਹਾ ਚੰਗੀ ਤਰ੍ਹਾਂ, ਇਹਦਾ ਜਿਹੜਾ ਸੀਲਡ ਲਿਫਾਫੇ ਦੇ ਵਿੱਚ ਹਾਈ ਕੋਰਟ